ਸੰਖੇਪ ਸ਼ਬਦਾਂ ਦੇ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ, ਪਰ ਵੀਰੇ ਜੋ ਸ਼ਬਦ ਮੈਂ ਉਹਨਾਂ ਨੂੰ ਤੁਹਾਡੇ ਨਾਲ ਕਰਨਾ ਚਾਹੁੰਦਾ। ਨਹੀਂ ਪ੍ਰਭਾਵ ਮੈਨੂੰ ਫਾਂਸੀ ਦੀ, ਬਦਲਵੀ ਮਰਨਾ ਧਰਮ ਮੇਰਾ, ਭਾਰਤ ਨਾ ਆਜ਼ਾਦ ਕਰਾਉਣੀ, ਇਸ ਵਿੱਚ ਨਹੀਂ ਇਸ ਤੋਂ ਬਿਨਾਂ ਨਹੀਂ ਕੋਈ ਕਰਮ ਮੇਰਾ। 28 ਸਤੰਬਰ 1907 ਜਿਸ ਦਿਨ ਜੰਮਿਆ ਉਸ ਮਾਂ ਜਿਸਨੇ ਆਪਣੀ ਜਾਨ ਦੇ ਕੇ ਭਾਰਤ ਮਾਂ ਨੂੰ ਆਜ਼ਾਦ ਕਰਾਇਆ। ਜਦੋਂ ਜੰਮਿਆ ਉਸ ਮਾਂ ਕਿਸ ਨੂੰ ਪਤਾ ਸੀ ਕਿ ਜੀਵ ਵਿੱਚ ਬਣੀ ਭਾਰਤ ਮਾਂ ਨੂੰ ਇਹ ਆਜ਼ਾਦ ਕਰਦੇ ਹੋਏ ਭਾਰਤ ਮਾਂ ਨੂੰ ਇਹ ਆਜ਼ਾਦ ਕਰ। ਖੇਡਣ ਦੀ ਉਮਰ ਵਿੱਚ ਇਨਕਲਾਬ ਦਾ ਨਾਰਾ ਲਾਇਆ, ਉਮਰ ਜਦ ਹੋਈ 12 ਸਾਲ ਵੇਖ ਘਟਨਾ ਜਲਿਆ ਵਿਭਾਗ ਦੀ ਰੂਸ ਦੀ ਧਮਕੀ, ਉਸ ਸਮੇਂ ਭਾਰਤ ਮਾਂ ਨੂੰ ਆਜ਼ਾਦ ਕਰਾਉਣ ਦਾ ਸੰਕਲਪ ਸੀ ਉਸਨੇ ਲਿਆ। ਮਾਂ ਦੀ ਪੁੱਤਰ ਚ ਖੇਡਣ ਦੀ ਉਮਰ ਵੀ ਜਦ 14 ਸਾਲ ਚੜ ਗਿਆ ਉਹ ਇਨਕਲਾਬ ਲਹਿਰ ਦੇ ਨਾਲ। ਮਾਪਿਆਂ ਨੇ ਜਦ ਪਾਇਆ ਜੋ ਵਿਆਹ ਦਾ ਦਿੱਤਾ ਸੀ ਜਵਾਬ, ਉਸਨੇ ਹੱਸ ਕੇ ਕੀਤੀ ਹੈ ਜ਼ਿੰਦਗੀ ਜੋ ਮੈਂ ਦੇਸ਼ ਦੀ ਆਜ਼ਾਦੀ ਦੇ ਨਾਂ ਚਾਹੁੰਦੀ ਹਾਂ, ਤੁਸੀਂ ਹੋਵੇ ਜੋ ਵਿਆਹ ਮੇਰਾ ਹੁੰਦਾ ਹੈ ਜਿਵੇਂ ਹਰ ਮਾਪਿਆਂ ਦਾ ਸੁਪਨਾ, ਉਸ ਤਰ੍ਹਾਂ ਹੁਣ ਵਿਆਹ ਮੇਰਾ ਪਰ ਬਣੂ ਆਜ਼ਾਦੀ ਬੋਲਣ ਦਿੱਤੀ। 18 ਸਾਲ ਦੀ ਉਮਰ ਵਿੱਚ ਜਦ ਜੇਲ੍ਹ ਸੀ ਹੋ ਗਿਆ, 50 ਦਿਨਾਂ ਦੀ ਭੁੱਖ ਹੜਤਾਲ ਕਰਕੇ ਅੰਗਰੇਜ਼ ਸਰਕਾਰ ਨੂੰ ਆਪਣੇ ਅੱਗੇ ਝੁਕਾਇਆ ਅਤੇ ਆਪਣੀਆਂ ਮੰਗਾਂ ਨੂੰ ਮਨਾਇਆ। 17 ਨਵੰਬਰ 1928 ਲਾਠੀ ਚਾਰਜ ਵਿੱਚ ਲਾਲਾ ਲਾਜਪਤ ਰਾਏ ਜੀ ਨੂੰ ਹੋਈ ਸ਼ਹੀਦੀ ਪ੍ਰਾਪਤ, ਇਸ ਦਿਨ ਬਦਲਾ ਲੈਣ ਦੀ ਸੋਚ ਨੇ ਖਾਧੀ। ਰਾਜਗੁਰੂ ਸੁਖਦੇਵ ਚੰਦਰ ਸ਼ੇਖਰ ਆਜ਼ਾਦ ਨਾਲ ਮਿਲ ਬਣਾਈ ਮੌਤ ਸਰਕਾਰ ਨੂੰ ਹੋਣ ਦੇ ਘਾਟ ਉਤਾਰਨ ਦੀ। ਅੱਜ ਦੇ ਨੌਜਵਾਨਾਂ ਨੇ ਜੇ ਫੜੀ ਰਿਵੋਲਵਰ ਹੱਥ ਵਿੱਚ ਭਗਤ ਸਿੰਘ ਅਤੇ ਉਸ ਵਕਤ ਚੱਕ ਲਈ ਰਿਵੋਲਵਰ ਆਪਣੇ ਹੱਥਾਂ ਵਿੱਚ, ਕਹਿੰਦੇ ਅਸੀਂ ਤੁਰ ਪਏ ਹਾਂ ਉਸਦੀਆਂ ਰਾਹਾਂ 'ਤੇ, ਪਰ ਸੌਖਾ ਨਹੀਂ ਹੈ ਭਗਤ ਸਿੰਘ ਬਣਨਾ। ਦਿੱਤੀ ਉਸਦੇ ਮਹਾਰਤ ਹਾਸਲ ਖੇਡਣ ਦੀ ਉਮਰ ਵਿੱਚ ਲਾਇਆ ਨਾਰਾ ਇਨਕਲਾਬਦਾ, ਸੌਖਾ ਨਹੀਂ ਹੈ ਦੋਸਤੋ ਭਗਤ ਸਿੰਘ ਬਣਨਾ, ਫਾਂਸੀ ਦੇ ਫੰਦੇ ਨੂੰ ਫਸ ਕੇ ਚੁਣਨਾ। ਜਿਹਦਾ ਲੱਗਿਆ ਉਸਨੂੰ ਲੋੜ ਹੈ ਲੋਕਾਂ ਨੂੰ ਜਗਾਉਣ ਦੀ, ਵਹਿਰੇ ਲੋਕਾਂ ਦੇ ਕੰਨ ਖੋਲ੍ਹਣ ਦੀ, ਅਸੈਂਬਲੀ ਵਿੱਚ ਸੁਣਿਆ ਬਾਤ ਉਸਨੇ ਕੀਤੀ ਨਾ ਪ੍ਰਵਾਹ ਜਾਣ ਦੀ। ਭੱਜਣ ਦੀ ਥਾਂ ਹੱਸ ਕੇ ਕਰਵਾਈ ਗ੍ਰਿਫਤਾਰੀ। ਰਾਜਗੁਰੂ ਸੁਖਦੇਵ ਭਾਰਤ ਮਾਂ ਦੇ ਨਾਲ ਦਿੱਤੀ ਗ੍ਰਿਫਤਾਰੀ ਉਹਨਾਂ ਨੇ ਭਾਰਤ ਭਗਤ ਸਿੰਘ ਦੇ ਨਾਲ, ਸੌਖਾ ਨਹੀਂ ਹੈ ਦੋਸਤੋ ਭਗਤ ਸਿੰਘ ਬਣਨਾ, ਫਾਂਸੀ ਦੇ ਫੰਦੇ ਨੂੰ ਹੱਸ ਕੇ ਚੁਣਨਾ। ਕਿ ਰੀਸ ਕਰੋ ਕੋਈ ਭਗਤ ਸਿੰਘ ਦੀ ਜੇ ਚਾਹੁੰਦਾ ਤਾਂ ਤੱਕ ਜਾਂਦੀ ਫਾਂਸੀ ਉਸਦੀ। ਆਖਿਰ ਨੂੰ ਵਕਤ ਉਹ ਆਇਆ 24 ਮਾਰਚ 1931 ਨੂੰ ਫਾਂਸੀ ਉਸਨੂੰ ਦੇਣੀ ਸੀ, ਪਰ ਜੋ ਹੋਇਆ ਵਿਰੋਧ ਉਸਦੀ ਫਾਂਸੀ ਦਾ ਦੇਖ ਕੇ ਡਰ ਬੋਲੇ ਕੁਝ ਇਸ ਕਦਰ, ਦਿੱਤੀ ਉਸਨੂੰ ਫਾਂਸੀ ਇੱਕ ਦਿਨ ਪਹਿਲਾਂ ਤੱਕ ਤੋੜਦਾ। ਬੰਨਾ ਜਾਵੇ ਸਰੀਰ ਉਸਦਾ ਆਜ਼ਾਦੀ ਦੀ ਇੱਕ ਮਿਸਾਲ ਦਿੱਤੀ ਜਾਨਵਾਂ ਨੇ ਉਸਦੀ ਉਸਦੀ ਸਾੜ ਹੱਥ ਵਿਚਕਾਰ, ਪਰ ਨਹੀਂ ਸੀ ਪਤਾ ਉਹਨਾਂ ਨੂੰ ਭਗਤ ਸਿੰਘ ਇੱਕ ਬੰਦਾ ਨਹੀਂ, ਸੋਚਦਾ ਸੀ ਇੱਕ ਨਾਮ। ਜਾਂਦੇ ਜਾਂਦੇ ਗਿਆ ਜੀ ਉਹ ਨਾਰਾ ਇਨਕਲਾਬ ਦਾ, ਉਹਦੇ ਵੀ ਸ਼ਬਦ ਉਸਦੇ ਅੱਜ